ਲੂ ਪਾਪਾ ਕਿੰਨਾ ਲੰਬਾ ਹੋ ਜਾਂਦਾ ਯਾਰ ਮੈਨੂੰ ਪਤਾ ਹੈ ਭਰਾਵਾ ਨਾ ਕਰ ਰੇ ਲੈ ਪਾਪਾ ਫਿਲਮਾਂ ਜਿਹੇ ਦਾ ਮਾਈਕ੍ਰੋਫੋਨ ਇਦਾਂ ਰੱਖਦੇ ਨੇ ਦੂਰੋਂ ਫਿਲਮਾਂ ਜਿਹੜੀ ਸ਼ੂਟਿੰਗ ਜਿੰਨ ਹੁੰਦਾ ਸ਼ੂਟਿੰਗ ਸੇਮ ਹੀ ਗੱਲ ਹੈ ਪਾਪਾ ਫਿਲਮਾਂ ਨਹੀਂ ਨਹੀਂ ਸੇਮ ਨਹੀਂ ਫਿਲਮ ਜਿਹੜੀ ਵਿਖਾਉਂਦੇ ਨਾ ਕੈਮਰਾ ਉੱਤੇ ਮਾਈਕ੍ਰੋਫੋਨ ਉੱਤੇ ਹੈਗਾ ਇਦਾਂ ਸਾਫ ਕਰਦੇ ਨੇ ਲੋਕੋ ਸਾਫ ਨਹੀਂ ਕਰਦੇ ਭੈਣ ਚੋ ਆਵਾਜ਼ ਵੀ ਇੰਜ ਰੱਖਦੇ ਪਾਪਾ ਇਦਾਂ ਇਹਦੇ ਨਾਲ ਸਾਫ ਹੁੰਦਾ ਨਾ ਪੂਰਾ ਸਾੜ ਲੈ ਮੇਰੇ ਸਿਰ ਦੇ ਉੱਤੇ ਰੱਖਿਆ ਹੀ ਗੱਲ ਰਾਣਾ ਜੀ ਉਦੋਂ ਲਾ ਗਿਆ ਵੱਡੇ ਕਮਰੇ ਲੱਗੇ ਨੇ ਜਾ ਤੋੜਦੇ ਨੂੰ ਭੈਣ ਚੋ ਤੋੜਦੇ ਫੜ ਗਿਆ ਜੇ ਹਾਂ ਤੋੜ ਗਈ ਲਾਈਟ ਗਈ ਪਾਪਾ ਪਤਾ ਨੀ ਕੀ ਕਰਨ ਦੇ ਗਾਇਆ ਡੋਂਟ ਨੋ ਮੈਨ ਇਸ ਗਾਇਆ ਮੈਂ ਵੀ ਕੋਈ ਖਾਣਾ ਮਰਨਾ ਮੈਂ ਵੀ ਲਿਆਵਾਂ ਆਪਣੇ ਲਈ ਕੁਛ ਆਪਣੇ ਨਾਲ ਭੈਣ ਚੋ ਭਰ ਲੈ ਇੱਧਰ ਆਇਆ ਤੂੰ ਇੱਧਰ ਆਇਆ ਕੁੜੀ ਨਾ ਬੁਲਾਉਂਦੀ ਨਾ ਮੈਨੂੰ ਇਹ ਫੋਨ ਹਮੇਸ਼ਾ ਡੈਡ ਰਹਿੰਦਾ ਹੁਣ ਸਵੇਰੇ ਲੈ ਲੋ ਦੁਪਹਿਰੇ ਲੈ ਲੋ ਕੀ ਚਾਹੁੰਦਾ ਇਹਨੂੰ ਇਹ ਕੀ ਤਰੀਕਾ ਹੈ ਖਾਣ ਦਾ ਤੂੰ ਬੋਲ ਲੈ ਤੂੰ ਕਹਿੰਦੀ ਹੈ ਚਟਨੀ ਮਾੜੀ ਇਹਨਾਂ ਮੇਰੇ ਲਈ ਨਹੀਂ ਪਤਾ ਛੱਡਣੀ ਬਸ ਬਸ ਤੇ ਕੋਈ ਸ਼ਰਮ ਨਹੀਂ ਕਰਨੀ ਇੱਥੇ ਕਹਿ ਰਹੇ ਜੇ ਪਿਓ ਬੈਠਾ ਕੋਈ ਨੂੰ ਭੈਣ ਚੋ ਦੇ ਦਈਏ ਮੱਥਾ ਰੋਟੀ ਨੀ ਮੈਂ ਖਾਣੀ ਪਾਪਾ ਖਾਲੀ ਕੁੱਲੀ ਆ ਰੋਟੀ ਬਸ ਉਹ ਕਹਿ ਕੇ ਮਗੋ ਟਾਈਡੀ ਕਰਕੇ ਬੈਠੇ ਮਣੇ ਆ ਸ਼ਰਮਾ ਦੇ ਨਹੀਂ ਦੇ ਦੇ ਆਪਣੇ ਕਮੇਂ ਦੇ ਦੇ ਪਿਆਰ ਕਰਦਾ ਮੈਂ ਇਸ਼ੂ ਦੇ ਦੇ ਬੇਫਕੂ ਕੋ ਦੋ ਟਿਸ਼ੂ ਲੈ ਕੇ ਦੱਤ ਪੁੰਝ ਜਾਂਦੇ ਨੇ ਇੱਥੇ ਪਿਆਰ ਕਰਦਾ ਮੈਨੂੰ ਹਾਂ ਆਪਦੀ ਜਿਹਦੇ ਨੂੰ ਮੈਂ ਬਰਾੜ ਜਾਣ ਪੂਰੀ ਦੇ ਨੋ ਪਿਆਰ ਕਰਦਾ ਤੂੰ ਪੂਰੀ ਦੇ ਆਹ ਵੀ ਮਤਲਬ ਹੋਇਆ ਬਲੈਕਮੇਲ ਆ ਕਰਦਾ ਕਿ ਨਹੀਂ ਪਾਪਾ ਹੈਲੋ ਬਲੈਕਮੇਲ ਹੋਣ ਦੇ ਇੱਥੇ ਵੇਖੇ ਨਹੀਂ ਡੈ ਕੋਈ ਪਿਆਰ ਕਰਦਾ ਤੂੰ ਮੈਨੂੰ ਕਿ ਨਹੀਂ ਲੱਕੋ ਆ ਮੈਨੂੰ ਪਿਆਰ ਕਰਦਾ ਤੁਹਾਨੂੰ ਨਹੀਂ ਪਤਾ ਕਰਦਾ ਮੈਨੂੰ ਕਿ ਨਹੀਂ ਪੂਰੀ ਦੇ ਲੱਗ ਤੇ ਪਰ ਮੈਂ ਖਾਣੀ ਥੋੜੀ ਮੈਂ ਤੇਰਾ ਪਿਆਰ ਦੇਖਣਾ ਹੈ Yeah, Papa, you heard what I said, yeah? Do you want to speak in English for you? Par rahe hain. Okay, ki par rahe hain. Garam kar diya. Main on bag yahan. Please to side te hain. Eh, hamesha inji rehnda 4 bari garam karandi 4 bari gittan launda. Main rehnda, main nahi karunga tu. Oh my god, Papa, inni takti. Ji saad nahi main. 1 minute te saadya si na. Papa ne ek mothi bhari hai sari koli addi ho gayi. 6 dane ne gilla. Pure 6 hi. Idhar aaya, idhar aaya. Chote. Aap hain 70 rotiyan hain 400 bread khaan de. 70 ਰੋਟੀਆਂ ਦੇ 400 ਬ੍ਰੈਡ ਇਹਦਾ 6 ਨੇ ਕਹਿਣਾ ਖਾਲੀ ਕਰ ਦਿੱਤੀਆਂ ਉਹਦੀਆਂ ਮੈਂ ਕੀ ਕੋਈ ਕਿਸੇ ਦੀ ਕਹਿਣਾ ਖਾਲੀ ਕੀਤੀ ਨਹੀਂ ਮੈਂ ਨਹੀਂ ਸਰ ਓਹ ਟੈਲ ਅਸ ਅ ਸਟੋਰੀ ਅਬਾਊਟ ਲਾਈਕ ਵੈਨ ਯੂ ਬੀਕਮ ਪੇਰੈਂਟਸ ਫॉर द ਫਰਸਟ ਟਾਈਮ ਲਾਈਕ ਹਾਊ ਡਿਡ ਯੂ ਫੀਲ ਹਾਊ ਡਿਡ ਯੂ ਫੀਲ ਯਾ ਤੇ ਪਾਪਾ ਨੂੰ ਕੋਈ ਫੀਲਿੰਗਸ ਹਾਂ ਤਾਂ ਜਿਹੜੀ ਮਾਂ ਜਿਆਦਾ ਪਤਾ ਮੇਰੀ ਫੀਲਿੰਗਸ ਦਾ ਲੱਡੋ ਤਾਂ ਕੋਈ ਫੀਲਸ ਹੈ ਸੋ ਯਾ ਤੈਨੂੰ ਪਤਾ ਹੀ ਛੋਟੀ ਉਮਰ 'ਚ ਸਾਡਾ ਵਿਆਹ ਹੋ ਗਿਆ ਸੀ ਹੈ ਨਾ ਮੈਂ 18 ਸਾਲ ਦੀ ਵਿਆਹ ਤੋਂ ਬਾਅਦ ਹੋਈ ਸੀ 2 ਮਹੀਨਿਆਂ ਬਾਅਦ 19 ਸਾਲ ਦੀ ਸੀ ਜਦੋਂ ਮੈਂ ਆਈ ਥਿੰਕ 19 ਸਾਲ ਦੀ ਮਾਂ ਬਣ ਗਈ ਸੀ ਮੈਂ ਨਾ ਸਿਮਰਨ ਦੀ 19 ਸਾਲ ਦੀ ਯੂ ਵਾਸ ਵਿਦ ਮੀ ਸਿਮਰਨ
ਜਦੋਂ ਤੂੰ ਹੋਣ ਵਾਲੀ ਸੀ ਡੈਡੀ ਨੂੰ ਬੜਾ ਚਾਅ ਸੀ, ਮੰਮੀ ਨੂੰ ਬੜਾ ਚਾਅ ਸੀ, ਸਾਰਿਆਂ ਨੂੰ ਬੜਾ ਸੀ ਵੀ, ਕਿਉਂਕਿ ਤੇਰੇ ਪਾਪਾ ਵਾਲੇ ਦੋ ਭਰਾ ਸੀ ਨਾ, ਤੇ ਇਹਨਾਂ ਨੇ ਅਸੀਂ ਵੀ ਸਾਡੇ ਕੋਲ ਇੱਕ ਬੇਟੀ ਹੋਵੇ। ਮੈਂ ਹਮੇਸ਼ਾ ਚਾਹੁੰਦਾ ਵੀ ਪਹਿਲੀ ਬੇਟੀ ਹੋਵੇ। ਯਾ ਹਾਊ ਡੂ ਆਈ ਨੋ ਦੈਟ? ਹਮੇ ਤੈਨੂੰ ਕਲੀਅਰ, ਤੈਨੂੰ ਕਲੈਰਿਟੀ ਦੇਣ ਦੀ ਲੋੜ ਨਹੀਂ ਹੈ, ਤੂੰ ਗੱਲ ਸ਼ੇਅਰ ਕਰਨ ਕਿਆ ਸ਼ੇਅਰ ਕਰਨ ਦਿਆ ਤੇਰੇ ਨਾਲ ਬਥੇਰਾ ਕਰਦੀਆਂ ਸਨ, ਪਰ ਫਿਰ ਵੀ ਜਿਹੜੀ ਇੱਕ ਮਾਂ ਜੰਮੀ ਭੈਣ ਹੁੰਦੀ ਉਹ ਗੱਲ ਹੀ ਅੱਡ ਹੁੰਦੀ। ਜੋ ਵੀ ਆਏਗਾ ਜੀ ਸਦਕੇ ਪਰਮਾਤਮਾ ਨੇ ਮੇਰਾ ਠੀਕ ਹੋਣਾ ਚਾਹੀਦਾ, ਤੰਦਰੁਸਤ ਹੋਣਾ ਚਾਹੀਦਾ। ਜੋ ਵੀ ਹੋਏ ਠੀਕ ਹੋਏ, ਤੰਦਰੁਸਤ ਹੋਏ, ਔਰ ਲੰਬੀ ਜ਼ਿੰਦਗੀ ਪਰਮਾਤਮਾ ਨੂੰ ਦੇਵੇ। ਤੇਰੀ ਮੰਮੀ ਦੀ ਇਹ ਬੜੀ ਆਦਤ ਹੈ ਸ਼ੁਰੂ ਤੋਂ ਹੀ, ਇਹਨੂੰ ਕੋਈ ਸਿਰ ਪੀੜ ਹੋਵੇ, ਕੋਈ ਢਿੱਡ ਪੀੜ ਹੋਵੇ, ਕੋਈ ਤਕਲੀਫ ਇਹਨਾਂ ਹੋਵੇ, ਇਹ ਗੋਲੀ ਨਹੀਂ ਖਾਂਦੀ। Yeah, I know, she's passing that to me. ਹੁਣ ਪਾਵੇਂ ਪੈਰਾਸੀਟਾਮੋਲ ਵੀ ਕਹਿ ਦਈਏ ਨਾ ਇਹਨੂੰ, ਬੇਦਾ ਕੋਈ ਸਾਈਡ ਇਫੈਕਟ ਨਹੀਂ। ਤੇਰੀ ਮੰਮੀ ਨੂੰ ਮੈਂ ਜਦੋਂ ਇਹ ਤਕਲੀਫ 'ਚ ਹੋਣਾ, ਮੇਰੇ ਤੋਂ ਵੇਖਿਆ ਨਹੀਂ ਜਾਂਦਾ ਸੀ ਇਹਨੂੰ ਤਕਲੀਫ 'ਚ, ਇਹਨੂੰ ਮੈਂ ਕਹਿਣਾ ਵੀ ਤੂੰ ਗੋਲੀ ਖਾ, ਇਹਨੇ ਗੋਲੀ ਨਾ ਖਾਣੀ। ਪਾਈਆਂ ਨਹੀਂ ਖਾਂਦੀ ਸੀ, ਫਿਰ ਜਦੋਂ ਪੈਰ ਨੂੰ ਗੋਲੀ ਬਿਲਕੁਲ ਨਹੀਂ ਖਾਂਦੀ ਸੀ। ਇਹਦੇ ਲੜ ਲਓ ਪਹਿਲਾਂ। ਇੱਕ ਘੁੱਟ ਪੀ ਲਾ, ਬਾਅਦ ਇੱਕ ਘੁੱਟ, ਇੱਕ ਘੁੱਟ ਪਾਪਾ। ਤੂੰ ਚਾਹ ਨਹੀਂ ਪੀਤੀ, ਚਾਰ ਵਜੇ ਤੇਰੀ ਚਾਹ ਗਰਮ। ਚਾਹ ਨਹੀਂ ਹੈ ਕਿ ਦੁੱਧ ਦੇ ਨਾਲ, ਲਾਈਕ ਟੂ ਹੈਵ ਲਾਈਕ ਮੈਂ ਟਾਈਮ ਲਾ ਕੇ ਪੀਨੀ ਆ ਆਪਣਾ ਸਾਰਾ ਕੁਝ। ਤੂੰ ਠੰਡੀ ਤੇ ਫੇਰ ਹੋ ਜਾਂਦੀ ਤੇਰੀ। ਮੰਮੀ ਗੋਲੀਆਂ ਨਹੀਂ ਖਾਂਦੀ ਸੀ, ਫਿਰ ਕੀ ਹੋ ਗਿਆ? ਖਾਂਦੀ ਨਹੀਂ ਸੀ, ਇਹ ਜਿੱਦ ਕਰਦੀ ਸੀ, ਮਤਲਬ ਮੈਂ ਨਹੀਂ ਖਾਣੀ। ਨੁਕਸਾਨ ਬਹੁਤ ਨੇ ਇਹਦੇ। ਆਹ ਪ੍ਰੈਗਨੈਂਸੀ ਦੇ ਵਿੱਚ ਵੈਸੇ ਹੀ ਮਨਾ ਹੁੰਦੀਆਂ ਨਾ ਗੋਲੀਆਂ, ਵੀ ਬੱਚੇ ਨੂੰ ਆਮ ਨਾ ਆ ਜਾਏ, ਤੇ ਫਿਰ ਤੇ ਬਿਲਕੁਲ ਹੀ ਨਹੀਂ ਖਾਂਦੀ ਸੀ। ਤੇ ਕਈ ਵਾਰੀ ਮੈਨੂੰ ਧੱਕੇ ਨਾਲ ਦੇ ਕੇ ਚਲ ਜਾਂਦੀ ਸੀ, ਮੈਂ ਪਿੱਛੇ ਪਿੱਛੇ ਸੜ ਕੇ ਮੈਂ ਖਾਲੀ ਖਾਲੀ। ਕੰਮ ਵੀ ਅਖੀਰਲੇ ਟਾਈਮ ਤੱਕ ਕਰਦੀ ਰਹੀ ਹੈ ਪ੍ਰੈਗਨੈਂਸੀ ਦੇ ਵਿੱਚ ਵੀ। ਈਵਨ ਕਿ ਮੈਂ ਉਹਨੂੰ ਰੋਕਦਾ ਹੁੰਦਾ ਹਾਂ ਕੱਪੜੇ ਕੁਪੜੇ ਧੋਣ ਤੋਂ, ਪਰ ਮੁੜਦੀ ਨੂੰ ਦੇ ਸਾਰੇ ਕੰਮ, ਇੰਨੇ ਬਥੇਰੇ ਕੰਮ ਕੀਤੇ ਨੇ ਭੈਣ ਜੋ, ਪ੍ਰੈਸ ਕਰ, ਕੱਪੜੇ ਧੋ, ਰੋਟੀਆਂ ਪਕਾ, ਸਫਾਈਆਂ ਕਰ। ਚਲੋ ਹਾਲਾਂਕਿ ਸਫਾਈਆਂ ਸਫਾਈਆਂ ਲੱਗੀ ਹੁੰਦੀ ਸੀ, ਕਰਨ ਕੰਮ ਕਰਨ ਵਾਲੀ ਹੁੰਦੀ ਸੀ, ਪਰ ਜਿੰਦਰ ਆਪਣੇ ਆਪਣੇ ਥੋੜੀ ਕਰਦੀ ਜਾਂ ਤੱਕ ਤਸੱਲੀ ਨਹੀਂ ਹੁੰਦੀ ਸੀ। ਤੇ ਪਰ ਉਹ ਉਸ ਚੀਜ਼ ਨੇ ਇਹਨੂੰ ਬੈਨੀਫਿਟ ਕੀਤਾ ਨਾ, ਕਈ ਕਈ ਲੇਡੀਜ਼ ਪ੍ਰੈਗਨੈਂਸੀ ਹੋਣ ਤੋਂ ਬਾਅਦ ਬਹਿ ਜਾਂਦੀਆਂ ਨੇ ਇੱਕਦਮ ਥੱਲਾ ਜਿਹਾ ਬਣ ਕੇ, ਤੇ ਉਹ ਫਿਰ ਡਿਲੀਵਰੀ ਦੇ ਟਾਈਮ ਤੰਗ ਹੁੰਦੀਆਂ ਨੇ। ਤੇਰੀ ਮੰਮੀ ਨੂੰ ਵੀ ਪਾਈ ਯੰਗ ਸੀ ਇਹ, ਪਰ ਪਰਮਾਤਮਾ ਨੇ ਇਹਨੂੰ ਬਖਸ਼ੇ ਅਕਲ ਬੜੀ ਸੀ ਇਹਨੂੰ ਹਰ ਚੀਜ਼ ਦੀ, ਤੇ ਕੁਛ ਇਹਦੇ ਵਿੱਚ ਇੱਕ ਬੜਾ ਵੱਡਾ ਗੁਣ ਨੇ ਜਿਹੜਾ ਸਿੱਖਦੀ ਬੜੀ ਜਲਦੀ ਹੈ। ਅੱਛਾ ਮੈਂ ਤੈਨੂੰ ਗੱਲ ਦੱਸਾਂ ਪਾਪਾ ਦੀ ਇਸ ਗੱਲ ਦਾ, ਜਦੋਂ ਮੈਂ ਨਵੀਂ ਨਵੀਂ ਵਿਆਹੀ ਸੀ ਨਾ, ਜਦੋਂ ਨੌਕਰ ਰੱਖਿਆ ਹੋਇਆ ਸੀ ਨਾ ਨਫਾ, ਮੰਮੀ ਦੇ ਆਪਰੇਸ਼ਨ ਵਗੈਰਾ ਹੋਏ ਸੀ ਅਤੇ ਰੋਟੀ ਪਾਣੀ ਵੀ ਮਿਲਦਾ, ਉਹ ਹੀ ਕਰਦਾ ਸੀ ਨੌਕਰ ਹੀ, ਐਂਡ ਰੋਟੀ ਪਾਣੀ ਸਾਰਾ ਉਹ ਕਰਦਾ ਸੀ, ਕੱਪੜੇ ਵੀ ਧੰਦਾ ਸੀ, ਮੰਮੀ ਕੰਮ ਕਰਦੀ, ਮੰਮੀ ਨਹੀਂ ਕਰਦੀ ਸਾਂ ਕੰਮ, ਕਿਉਂਕਿ ਆਪਰੇਸ਼ਨ ਵਗੈਰਾ ਹੋਏ ਸਨ ਉਹਨਾਂ ਦੇ ਜਦੋਂ ਮੈਂ ਵਿਆਹ ਕੇ ਆਈ ਹਾਂ। ਅਤੇ ਜਦੋਂ ਮੈਂ ਵਿਆਹ ਕੇ ਆਈ, ਮੰਮੀ ਕਹਿੰਦੇ ਵੀ ਨਾ, ਮੈਂ ਇਹਨਾਂ ਨੂੰ ਪਹਿਲਾਂ ਕਹਿਤਾ ਸੀ, ਮੈਂ ਕਿਹਾ ਮੈਨੂੰ ਰੋਟੀ ਪਾਣੀ ਨਹੀਂ ਕਰਨਾ ਹੁੰਦਾ, ਕਿਉਂਕਿ ਮੇਰੀਆਂ ਦੋ ਦੋ ਮੰਮੀਆਂ ਸੀ ਪਿੱਛੇ ਹੈ ਨਾ, ਅਤੇ ਮੈਂ ਕੰਮ ਨਹੀਂ ਕੀਤਾ ਸੀ, ਪਲੱਸ ਟੂ ਕੀਤੀ ਸੀ, ਫਸਟ ਈਅਰ 'ਚ ਵਿਆਹ ਹੋ ਗਿਆ ਨਾ, ਅਤੇ ਇਹ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਵੀ ਮੈਂ ਮੰਮੀ ਨੂੰ ਕਹਿ ਦਾਂਗਾ ਵੀ ਤੈਨੂੰ ਕੰਮ ਨਹੀਂ ਹੁੰਦਾ ਨਾ, ਜਦੋਂ ਕੰਮ 'ਤੇ ਲਾਉਂਦੇ ਰਹੇ ਨਾ ਨਵੀਂ ਵਿਆਹੀ ਨੂੰ, ਮੈਂ ਕਿਹਾ ਮੈਨੂੰ ਰੋਟੀਆਂ ਨਹੀਂ ਬਣਾਉਣੀਆਂ ਹੁੰਦੀਆਂ ਵੀ ਕਿਤੇ ਉਹ ਮੈਨੂੰ ਕਹਿਣ ਰੋਟੀਆਂ ਬਣਾ ਆ ਬਣਾ, ਮੈਂ ਕੀ ਕਰਾਂਗੀ? ਕਹਿੰਦੇ ਨਹੀਂ ਕੋਈ ਗੱਲ ਨਹੀਂ, ਮੈਂ ਮੰਮੀ ਨੂੰ ਕਹਿ ਦੇਣਾ, ਮੰਮੀ ਨੇ ਕਹਿਤਾ ਮੰਮੀ ਅਨਮੋਲ ਨੂੰ ਹਜੇ ਕੁਛ ਬਣਾਉਣਾ ਨਹੀਂ ਆਉਂਦਾ, ਅਤੇ ਤੁਸੀਂ ਇਹਨੂੰ ਕੁਛ ਕਿਹੋ ਨਾ, ਅਤੇ ਮੰਮੀ ਕਹਿੰਦੇ ਕੋਈ ਗੱਲ ਨਹੀਂ ਤੇ ਸਿਰਫ ਕੜਛੀ ਮਾਰ ਦੇਗੀ ਵਿੱਚ, ਅਤੇ ਆਪਾਂ ਪਰ ਬਾਅਦ 'ਚ ਮਤਲਬ ਜਦੋਂ ਨਵੀਂ ਵਿਆਹੀ ਨੂੰ ਲਾਉਂਦੇ ਨੇ ਨਾ ਕੰਮ, ਤਾਂ ਫਿਰ ਸਾਰੇ ਚਾਚੇ ਤਾਏ ਰੋਟੀ ਖਾਣ ਆਉਂਦੇ ਨੇ। ਮੰਮੀ ਮੈਨੂੰ ਕਹਿੰਦੇ ਕਿ ਜਾਂ ਅਨਮੋਲ ਚੌਲ ਬਣਾ ਲੈ, ਨਮਕੀਨ, ਸਾਰਿਆਂ ਨੂੰ ਭੁੱਖ ਲੱਗੀ ਹੈ ਨਾ, ਅਤੇ ਮੈਂ ਕਿਹਾ ਠੀਕ ਹੈ, ਮੈਂ ਕਿਚਨ 'ਚ ਗਈ, ਮੈਂ ਕਿਹਾ ਅਸੀਂ ਤਾਂ ਉੱਥੇ ਆਪਣੇ ਘਰ ਦੀ ਲੋਹੜੀ ਦੇ ਪਤੀਲੇ ਵੀ ਬਣਾਉਂਦੇ ਹਾਂ, ਪਤਾ ਨਹੀਂ ਉਹਨੇ ਇਹ ਕੁੱਕਰ 'ਚ ਬਣਾਉਂਦੇ ਸੀ ਸਾਰਾ ਕੁਛ। ਮੈਂ ਕਿਚਨ 'ਚ ਚਲੀ ਗਈ ਬਣਾਉਣ ਵਾਸਤੇ,
ਮੈਂ ਨਫੇ ਨੂੰ ਕਿਹਾ ਨਫੇ ਤੂੰ ਆ ਜਾ ਨਾ ਨਫਾ ਮੇਰੇ ਨਾ ਨਫਾ ਅੰਦਰ ਆ ਗਿਆ ਮੇਰੇ ਨਾਲ ਨਫਾ ਹੁੰਦਾ ਸੀ ਉਹਦਾ ਨਾਂ ਕਿਚਨ 'ਚ ਕੰਮ ਕਰਦਾ ਸੀ ਥੋੜਾ ਮੈਂ ਕਿਹਾ ਨਫੇ ਤੈਨੂੰ ਚੌਲ ਬਣਾ ਦੇਗਾ ਮੈਨੂੰ ਬਣਾਉਣੇ ਨਹੀਂ ਆਉਂਦੇ ਕਹਿੰਦਾ ਕੋਈ ਗੱਲ ਨਹੀਂ ਭਾਬੀ ਮੈਂ ਬਣਾ ਦਿੰਦਾ ਨਾ ਉਹਨੇ ਬਣਾ ਦਿੱਤੇ ਮੈਂ ਪਲੇਟਾਂ 'ਚ ਪਾ ਕੇ ਲੈ ਗਈ ਨਾ ਮੈਂ ਵੇਖ ਲਿਆ ਉਹਨੇ ਕਿਵੇਂ ਬਣਾਏ ਨੇ ਅਤੇ ਮੈਂ ਪਲੇਟਾਂ 'ਚ ਪਾ ਕੇ ਲੈ ਕੇ ਗਈ ਅਤੇ ਮੰਮੀ ਕਹਿੰਦੇ ਮਰ ਜਾਣੇ ਨਫਿਆ ਸਾਰੀ ਉਮਰ ਤੈਨੂੰ ਸਿਖਾਉਂਦੀ ਰਹੀ ਕਿ ਚੌਲ ਕਿਵੇਂ ਬਣਾਉਣੇ ਨੇ ਵੇਖ ਭਾਬੀ ਨੇ ਕਿੰਨੇ ਵਧੀਆ ਚੌਲ ਬਣਾਏ ਨੇ ਭਾਬੀ ਕੋਲੋਂ ਸਿੱਖ ਚੌਲ ਨਫਾ ਮੇਰੇ ਵੱਲ ਵੇਖੇ ਮੈਂ ਨਫੇ ਵੱਲ ਨਾ ਨਫਾ ਬੋਲਿਆ ਨੀ ਮੈਂ ਕਿਹਾ ਰੱਬਾ ਕਿਤੇ ਨਫਾ ਕਹਿਣ ਦੇ ਬੀਬੀ ਮੈਂ ਬਣਾਏ ਨੇ ਨਾ ਮੈਂ ਮਤਲਬ ਅਸੀਂ ਬੜਾ ਹੱਸੇ ਬਾਅਦ ਅੰਦਰ ਆ ਗਏ ਮੈਂ ਕਿਹਾ ਥੈਂਕ ਯੂ ਤੂੰ ਮਤਲਬ ਵੀ ਮੇਰੀ ਇੱਜ਼ਤ ਰੱਖ ਲਈਏ ਕਹਿੰਦਾ ਕੋਈ ਗੱਲ ਨੀ ਭਾਬੀ ਤੁਸੀਂ ਮੇਰੇ ਤੋਂ ਸਾਰਾ ਸਿੱਖ ਲਿਓ ਨਾ ਫਿਰ ਉਸ ਤੋਂ ਬਾਅਦ ਸਵੇਰੇ 4 ਵਜੇ ਉੱਠ ਕੇ ਨਾ ਉਹ ਲਾਉਂਦਾ ਸੀ ਮਧਾਨੀ ਵਗੈਰਾ ਪਾਉਂਦਾ ਸੀ ਅਤੇ ਉਹ ਵੀ ਮੈਂ ਸਾਰਾ ਉੱਥੋਂ ਸਿੱਖਿਆ ਫਿਰ ਮੈਂ ਸਵੇਰੇ 4 ਵਜੇ ਉੱਠ ਕੇ ਮਧਾਨੀ ਪਾਣੀ ਦੁੱਧ ਕੱਢਣਾ ਸਾਰਾ ਕੁਛ ਮੈਂ ਸਿੱਖਿਆ ਉਹਦੇ ਕੋਲੋਂ ਇੱਕ ਇੱਕ ਵਾਰੀ ਮੈਂ ਸਾਰਾ ਉਹਦੇ ਕੋਲ ਵੇਖ ਲਿਆ ਫਿਰ ਮੈਨੂੰ ਪਤਾ ਸੀ ਕਿਵੇਂ ਕਰਦਾ ਉਵੇਂ ਕਰ ਲੈਣਾ ਹੈ ਨਾ ਫਿਰ 4 ਵਜੇ ਉੱਠ ਕੇ ਮਧਾਨੀ ਪਾਣੀ ਐਂਡ ਮੱਖਣ ਕੱਢਣਾ ਲੱਸੀ ਬਣਾਉਣੀ ਮੰਮੀ ਨਾਲ ਬੈੱਡ 'ਤੇ ਚਾਹ ਦੇਣੀ 4 ਵਜੇ ਉੱਠ ਕੇ ਫਿਰ ਪਾਠ ਕਰਨਾ ਉਸ ਤੋਂ ਬਾਅਦ ਨਹਾ ਕੇ ਪਹਿਲਾਂ ਕਿਚਨ 'ਚ ਜਾਣਾ ਮਧਾਨੀ ਪਾਣੀ ਕਿਉਂਕਿ ਲਾਈਟ ਚਲੀ ਜਾਂਦੀ ਸੀ ਲਾਈਟ ਦੀ ਬੜੀ ਪ੍ਰੋਬਲਮ ਹੁੰਦੀ ਇੰਡੀਆ ਵੀ 5 ਵਜੇ ਲਾਈਟ ਚਲੀ ਜਾਣੀ ਉਦੋਂ ਪਹਿਲਾਂ ਮੱਖਣ ਕੱਢ ਦਿਉ ਸਾਰਿਆਂ ਨੂੰ ਚਾਹ ਦੇਣੀ ਸਵੇਰ ਦੀ ਫਿਰ ਉਸ ਤੋਂ ਬਾਅਦ ਆਪਣਾ ਪਾਠ ਕਰਨਾ ਫਿਰ 6 ਸਮੇਂ ਲਾਈਟ ਦੀ ਬੜੀ ਪ੍ਰੋਬਲਮ ਹੈ ਲਾਈਟ ਚਲੀ ਜਾਂਦੀ ਸੀ ਸਵੇਰੇ 5 ਵਜੇ ਚਲ ਜਾਂਦੀ ਸੀ ਲਾਈਟ ਹੈ ਨਾ ਅਕਸਰ ਲਾਈਟ ਚਲੀ ਜਾਂਦੀ ਸੀ ਸਵੇਰੇ 1 ਘੰਟਾ 1.5 ਘੰਟਾ ਨਾ ਹਾਂ ਫਿਰ ਉੱਥੇ ਹੀ ਹੁੰਦਾ ਸੀ ਵੀ ਮਧਾਨੀਆਂ ਪਹਿਲਾਂ ਮਧਾਨੀ ਪਹਿਲਾਂ ਵਾਲਾ ਪਾਣੀ ਆ 4 ਵਜੇ ਦਾ ਪੱਕਾ ਟਾਈਮ ਹੁੰਦਾ ਸੀ ਵੀ ਉੱਠ ਕੇ ਪਾਣੀ ਪਾਣੀ 3 ਵਜੇ ਉੱਠ ਕੇ ਮੋਟਰ ਚਲਾਣੀ ਪਾਣੀ ਗਰਮ ਕਰਨਾ ਉਦੋਂ ਗੀਜ਼ਰ ਵੀ ਨਹੀਂ ਸੀ ਹੁੰਦਾ ਰਾਡ ਲਾਉਂਦੇ ਹੁੰਦੇ ਸੀ ਯਾਦ ਰਾਡ ਲਾਉਂਦੇ ਹਾਂ ਰਾਡ ਟੱਬ ਭਰ ਕੇ ਡੈਡੀ ਨੇ ਸਵੇਰੇ ਮੋਟਰ ਚਲਾ ਦੇਣੀ ਮੈਂ ਟੱਬ ਭਰ ਲੈਣਾ ਟੱਬ ਭਰ ਕੇ ਉਹਦੇ 'ਚ ਪੂਰੇ ਟੱਬ 'ਚ ਰਾਡ ਲਾ ਦੇਣੀ ਫਿਰ ਆਰਾਮ ਨਾਲ ਲਾਉਂਦੇ ਰਹਿਣਾ ਸਾਰਿਆਂ ਨੇ ਉਹ ਟਾਈਮ ਬੜਾ ਵਧੀਆ ਸੀ ਪਰ ਟਾਈਮ ਟਫ ਸੀ ਪਰ ਮੈਂ ਇੰਜੋਏ ਕਰਦੀ ਸੀ ਲਾਈਕ ਜਿਵੇਂ ਸਵੇਰੇ ਸਵੇਰੇ ਉੱਠ ਕੇ ਕਰਨਾ ਜਦੋਂ ਸਿਮਰਨ ਹੋਣ ਵਾਲੀ ਸੀ ਉਦੋਂ ਮੈਂ ਕੀ ਖਾਧਾ ਸੀ ਦੱਸੋ ਮੈਨੂੰ ਜ਼ਿਆਦਾ ਪੱਕਾ ਧਿਆਨ ਤੇ ਨਹੀਂ ਮੈਨੂੰ ਲੱਗਦਾ ਉਹ ਚੌਕ ਖਾਂਦੇ ਉਹ ਸਿਕੰਦਰ ਵਾਲੀ ਚੌਕ ਖਾਧੇ ਸਿਮਰਨ ਵਾਲੀ ਕੀ ਖਾਧਾ ਸੀ ਇਮਲੀ ਇਮਲੀ ਖਾਧੀ ਤੋਂ ਮਾਂ ਕੀ ਖਾਧੀ ਫਿਰ ਮਿੱਠਾ ਖਾਧਾ ਸੀ ਨਾ ਇਹ ਬਹੁਤ ਜ਼ਿਆਦਾ ਮਿੱਠਾ ਗੱਚਕ ਮਿੱਠਾ ਗੱਚਕ ਪਿੱਠਾ ਉਹ ਖਾਧਾ ਸੀ ਤੇ ਫਿਰ ਪਾਰਟੀ ਕੀਤੀ ਮੈਂ ਬੜੀ ਵੱਡੀ ਉੱਥੇ ਨਹੀਂ ਸਹਾਰੀ ਜੀ ਨਹੀਂ ਮੀ ਤੇਰਾ ਨਾਮ ਸਿਮਰਨ ਰੱਖਿਆ ਸੀ ਅਸੀਂ ਨਾ ਉਹਨਾਂ ਦਾ ਪਹਿਲਾਂ ਮੰਮੀ ਕਹਿੰਦੀ ਸੀ ਨਹੀਂ ਰੱਖਣਾ ਕਿਉਂਕਿ ਸਿਮਰਨ ਦਾ ਸਿਮਰੋ ਬਣ ਜਾਂਦਾ ਸਿਮਰ ਬਣ ਜਾਂਦਾ ਸਾਡੇ ਉੱਤੇ ਅਕਸਰ ਬਣ ਜਾਂਦਾ ਨਾਂ ਪੁੱਠੇ ਸਿੱਧੇ ਲੈਣੇ ਸ਼ੁਰੂ ਕਰ ਦਿੰਦੇ ਨੇ ਨਾਂ ਪੁੱਠੇ ਸਿੱਧੇ ਕਰ ਦਿੰਦੇ ਨੇ ਨਾ ਤੇ ਸਿਮਰਨ ਨਾਂ ਮਤਲਬ ਪਹਿਲਾਂ ਮੰਮੀ ਨਹੀਂ ਮੰਨਦੀ ਸੀ ਮੈਂ ਫਿਰ ਕਿੰਨਾ ਮੈਨੂੰ ਹੋਸਟਲ 'ਚ ਮੇਰੇ ਯਾਰ ਦੋਸਤਾਂ ਨੇ ਕਿਹਾ ਸੀ ਵੀ ਮਾਲਵਿਕਾ ਨਾਮ ਰੱਖ ਲੈ ਇਹ ਮੈਨੂੰ ਪਸੰਦ ਸੀ ਉਹਨਾਂ ਦਿਨਾਂ ਦੇ ਮੈਨੂੰ ਚੰਗਾ ਲੱਗਦਾ ਸੀ ਮੈਂ ਸਿਰਫ ਦੇਖੂ ਨਹੀਂ ਮਾਲਵਿਕਾ ਓ ਮਾਈ ਡੇਸ ਨੋ ਯਾ ਤੈਨੂੰ ਨਹੀਂ ਪਸੰਦ ਉਹ ਗੱਲ ਦੂਜੀ ਪਰ ਨਾਮ ਸੋਹਣਾ ਸੀ ਮੇਰੇ ਪਾਪਾ ਨੇ ਦੋ ਨਾਂ ਦਿੱਤੇ ਸੀ ਮਾਲਵਿਕਾ ਤੇ ਅਨੁਰੂਪਿਤਾ ਓ ਮਾਈ ਗੋਡ ਡੈਡੀ ਨੇ ਰੱਖਿਆ ਸੀ ਡੈਡੀ ਮੰਮੀ ਨੇ ਸਿਮਰਨ ਤੇਰਾ ਰਾਤ ਰੱਖਿਆ ਸੀ ਸਿਮਰਨ ਨਾਂ ਨਹੀਂ ਰੱਖਣਾ ਸੀ ਪਹਿਲਾਂ ਮੰਮੀ ਇਹ ਕਹਿੰਦੀ ਸੀ ਤੇ ਬਾਅਦ ਜਦੋਂ ਮੈਂ ਅੜ ਗਿਆ ਫਿਰ ਉਹਨਾਂ ਨੂੰ ਕੋਈ ਹੋਰ ਨਾਂ ਨਹੀਂ ਤੇ ਫਿਰ ਇਹ ਸਿਮਰਨ ਹੀ ਰੱਖ ਲਾਂਗੇ ਅਸੀਂ ਤੇ ਤੁਹਾਡੇ ਅਪਰੂਵ ਨਹੀਂ ਹੋਏ ਮੇਰਾ ਬੱਚਾ ਤੇ ਮੈਂ ਆਪਣਾ ਬੱਚੇ ਦਾ ਨਾਂ ਆਪ ਨਹੀਂ ਰੱਖ ਸਕਿਆ ਨਹੀਂ ਪਰ ਤੁਹਾਡੇ ਅਪਰੂਵ ਨਹੀਂ ਹੋਏ ਨਾਮ ਇਹਨਾਂ ਦਾ ਵਿਆਹ ਤੈਨੂੰ ਓਕੇ ਹਾਂ ਇਹਨਾਂ ਦਾ ਆਮ ਗਲੈਡ ਤੋ ਤੇਰਾ ਨਾਮ ਸਿਮਰਨ ਫਿਰ ਡੈਡੀ ਮੰਮੀ ਨੇ ਰੱਖਿਆ ਸੀ ਫਿਰ ਅਸੀਂ ਮਤਲਬ ਵੱਡਿਆਂ ਦੀ ਰਿਸਪੈਕਟ ਕਰਦੇ ਹਾਂ ਨਾ ਉੱਥੇ ਜਦੋਂ ਆਪਾਂ ਜੁਆਇੰਟ ਫੈਮਿਲੀ 'ਚ ਰਹਿੰਦੇ ਹਾਂ ਅਤੇ ਅਸੀਂ ਗ੍ਰੈਂਡ ਪੇਰੈਂਟਸ ਨੂੰ ਕਹਿੰਦੇ ਹਾਂ ਨਾਂ ਰੱਖਣ ਲਈ ਤਾਂ ਫਿਰ ਉਹਨਾਂ ਨੇ ਡੈਡੀ ਮੰਮੀ ਨੇ ਤੁਹਾਡਾ ਸਿਮਰਨ ਰੱਖਿਆ ਅਸੀਂ ਕਿਹਾ ਠੀਕ ਹੈ ਦੋਨਾਂ ਜਣਿਆਂ ਨੇ ਵੀ ਬਹੁਤ ਵਧੀਆ ਅਤੇ ਫਿਰ ਬਾਅਦ ਦੇ ਵਿੱਚ ਜਦੋਂ ਤੂੰ ਹੋਇਆ ਸੀ ਅਤੇ ਉਦੋਂ ਡੈਡੀ ਕਹਿੰਦੇ ਮੈਂ ਸਿਕੰਦਰ ਰੱਖਣਾ ਹੈ ਤੁਸੀਂ ਕਿਹਾ ਠੀਕ ਹੈ ਡੈਡੀ ਸਿਕੰਦਰ ਰੱਖ ਲਓ ਉਹਨਾਂ ਨੇ ਰੱਖੇ ਨਾ ਦੋਨੋਂ ਨਾਮ ਪਸੰਦ ਸੀ ਸਿਕੰਦਰ ਮੈਨੂੰ ਪਹਿਲੇ ਦਿਨ ਤੋਂ ਪਸੰਦ ਸੀ ਸਿਮਰਨ ਵੀ ਤੇ ਅਨਮੋਲ ਵੀ ਤਾਂ ਫਿਰ ਮੈਨੂੰ ਇਹ ਸੀ ਵੀ ਰੱਬ ਤੈਨੂੰ ਪਤਾ ਇੰਡੀਆ ਦੇ ਵਿੱਚ ਆਪਣੀ ਜਿਹੜੀ ਸੋਚ ਹੁੰਦੀ ਹੈ ਇੰਡੀਆ ਦੇ ਵਿੱਚ ਮੇਰੀ ਸੋਚ ਕੁਛ ਹੋਰ ਸੀ ਇਸ ਕੰਟਰੀ 'ਚ ਆ ਕੇ ਮੇਰੀ ਸੋਚ ਟੋਟਲੀ ਬਦਲ ਗਈ ਹੈ ਟੋਟਲੀ ਯੂ ਨੋ ਤੁਸੀਂ ਜਿਹੜੇ ਮਾਹੌਲ 'ਚ ਰਹਿੰਦੇ ਹੋ ਨਾ ਤੁਹਾਡੀ ਸੋਚ ਉਹਦੇ ਆਸੇ ਪਾਸੇ ਉਹਦੇ ਅਕੋਰਡਿੰਗ ਘੁੰਮਣ ਲੱਗ ਜਾਂਦੀ ਹੈ ਜਦੋਂ ਸਿਮਰਨ ਹੋਈ ਫਿਰ ਮੈਨੂੰ ਇਹ ਸੀ ਕਿ ਮੇਰਾ ਇੱਕ ਮੁੰਡਾ ਹੋਣਾ ਚਾਹੀਦਾ ਹੁਣ ਕੁੜੀ ਨਹੀਂ ਹੋਣੀ ਚਾਹੀਦੀ
ਮੈਨੂੰ ਕੁੜੀ ਨਹੀਂ ਚਾਹੀਦੀ ਹੈ ਨਾ, ਮੈਂ ਵਾਹਿਗੁਰੂ ਦੀ ਅਰਦਾਸ ਕਰਨੀ ਤਾਂ ਵਾਹਿਗੁਰੂ ਜੀ ਮੈਨੂੰ ਹੁਣ ਮੁੰਡਾ ਹੀ ਦਿਓ, ਅਤੇ ਵਾਹਿਗੁਰੂ ਜੀ ਨੇ ਮੇਰੀ ਸੁਣੀ ਅਤੇ ਮੁੰਡਾ ਹੀ ਦਿੱਤਾ। ਪਰ ਜਦੋਂ ਮੈਂ ਇਸ ਕੰਟਰੀ 'ਚ ਆਈ ਹਾਂ, ਮੈਂ ਦੇਖਿਆ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ, ਕੁੜੀਆਂ ਵੀ ਉਹਨਾਂ ਕੰਮ ਕਰਦੀਆਂ ਨੇ ਮੁੰਡੇ, ਈਵਨ ਕਿ ਇੰਡੀਆ 'ਚ ਵੀ ਫਰਕ ਨਹੀਂ ਹੈਗਾ, ਪਰ ਤੁਹਾਡੀ ਉੱਥੋਂ ਦੀ ਆਸੇ ਪਾਸੇ ਦੀ ਮੈਂਟੈਲਿਟੀ, ਆਸੇ ਪਾਸੇ ਦੇ ਕਰਨ ਵਾਲੇ ਲੋਕ, ਹਾਏ ਇਹਦੇ ਕੋਲ ਮੁੰਡਾ ਨਹੀਂ ਹੈਗਾ, ਮੁੰਡਾ ਨਹੀਂ ਦਿੱਤਾ ਰੱਬ ਨੇ, ਕੁੜੀਆਂ ਭਾਵੇਂ ਡਬਲ ਕੰਮ ਕਰਨ। ਮੇਰੀ ਇਹ ਸੋਚ ਹੈ ਜੇ ਵੀ ਭਾਵੇਂ ਮੈਂ ਕਿਸੇ ਵੀ ਕੰਟਰੀ 'ਚ ਪਹੁੰਚ ਜਾਵਾਂ, ਵੀ ਇੱਕ ਮੁੰਡਾ ਅਤੇ ਇੱਕ ਕੁੜੀ ਭੈਣ ਭਰਾ ਹੋਣੇ ਚਾਹੀਦੇ ਨੇ ਜ਼ਰੂਰ, ਨਾ ਦੋਵੇਂ ਕੁੜੀਆਂ ਅਤੇ ਨਾ ਦੋਵੇਂ ਮੁੰਡੇ। ਪਰ ਜੇ ਵਾਹਿਗੁਰੂ ਦੇ ਹੱਥ 'ਚ, ਜੇ ਵਾਹਿਗੁਰੂ ਤੁਹਾਨੂੰ ਮੁੰਡਾ ਨਾ ਦੇਵੇ, ਫਿਰ ਨਾ ਦੇਵੇ ਤਾਂ ਕੋਈ ਗੱਲ ਨਹੀਂ, ਜੇ ਜਿਹੜੀ ਮੇਰੀ ਖੁਆਇਸ਼ ਹੈ ਉਹ ਵਾਹਿਗੁਰੂ ਦੇ ਹੱਥ 'ਚ ਨਾ ਦੇਵੇ ਨਾ ਦੇਵੇ, ਪਰ ਮੇਰੀ ਜਿਹੜੀ ਆਪਣੀ ਖੁਆਇਸ਼ ਹੈ ਖੁਆਇਸ਼ ਰੱਖਣੀ ਹੈ ਨਾ ਰੱਖਣੀ ਸਾਡੇ ਹੱਥ 'ਚ, ਪਰ ਪੂਰੀ ਕਰਨੀ ਉਸ ਪਰਮਾਤਮਾ ਦੇ ਹੱਥ 'ਚ, ਕਿਉਂਕਿ ਬੱਚੇ ਪੈਦਾ ਕਰਨਾ ਤੁਹਾਡੇ ਆਪਣੇ ਹੱਥ 'ਚ ਨਹੀਂ ਆਉਂਦੇ, ਕੁੜੀ ਹੋਏਗਾ ਤਾਂ ਮੁੰਡਾ ਹੋਏਗਾ, ਕੁੜੀਆਂ ਵੀ ਉਹਨਾਂ ਹੀ ਕੰਮ ਕਰਦੀਆਂ ਨੇ, ਮੁੰਡਾ ਵੀ ਉਹਨਾਂ ਕੰਮ ਕਰਦੇ ਨੇ। ਜਿੰਨੀ ਆਜ਼ਾਦੀ ਇੱਥੇ ਕੁੜੀਆਂ ਔਰ ਜਿੰਨਾ ਆਪਾਂ ਖੁੱਲ੍ਹ ਕੇ ਇੱਥੇ ਕੰਮ ਕਰ ਸਕਦੀਆਂ ਕੁੜੀਆਂ, ਉੱਥੇ ਨਹੀਂ ਆ, ਉੱਥੇ ਹਰ ਥਾਂ ਦੇ ਹਰਾਸਮੈਂਟ ਹੈ ਕੁੜੀਆਂ ਦੀ। ਤੁਸੀਂ ਘਰੋਂ ਨਿਕਲਣਾ ਹੈ, ਘਰੋਂ ਨਿਕਲਣਾ ਸ਼ੁਰੂ ਹੋ ਜਾਵੇ ਤੁਹਾਡਾ, ਅਤੇ ਤੋੜ ਸ਼ਾਮ ਘਰ ਆਉਣ ਤੱਕ ਤੁਸੀਂ ਭਾਵੇਂ ਆਫਿਸ ਜਾਣਾ, ਭਾਵੇਂ ਸਕੂਲ ਜਾਣਾ, ਭਾਵੇਂ ਕਾਲਜ ਜਾਣਾ, ਭਾਵੇਂ ਬਾਜ਼ਾਰ ਜਾਣਾ, ਤੁਹਾਨੂੰ ਗੰਦੀਆਂ ਨਜ਼ਰਾਂ ਨਾਲ ਹੀ ਵੇਖਿਆ ਜਾਂਦਾ। ਇੱਥੇ ਤੁਹਾਡੇ ਕੋਲੋਂ ਕੋਈ ਜਿਵੇਂ ਮਰਜ਼ੀ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਜੇ, ਤੁਹਾਡੇ 'ਤੇ ਕਿਸੇ ਦੀ ਕੋਈ ਪੁੱਠੀ ਨਜ਼ਰ ਨਹੀਂ ਪੈਂਦੀ। ਜਦੋਂ ਇਨਵੈਂਸ਼ਨ ਆਈ ਅਲਟਰਾਸਾਊਂਡ ਦੀ, ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਪਹਿਲਾਂ ਬੱਚਾ ਕੁੜੀ ਮੁੰਡਾ ਕੁੜੀ ਹੋ ਜਾਂਦਾ, ਅਤੇ ਲੋਕ ਅਬੋਰਟ ਕਰਾਉਣ ਲੱਗ ਪਏ। ਹੁਣ ਫਿਰ ਤਾਂ ਹੀ ਉਹ ਟੋਟਲੀ ਇੰਡੀਆ ਦੇ ਵਿੱਚ ਬੈਨ ਕੀਤਾ ਹੋਇਆ, ਕੋਈ ਮਤਲਬ ਇਲੀਗਲ ਹੈ ਤੁਸੀਂ ਬੱਚਾ ਡਿਲੀਵਰ ਹੋਣ ਤੋਂ ਪਹਿਲਾਂ ਅਬੋਰਸ਼ਨ ਨਹੀਂ, ਸੋਰੀ ਅਲਟਰਾਸਾਊਂਡ ਨਹੀਂ ਕਰ ਸਕਦੇ। ਇਹ ਸਿਰਫ ਇਹ ਜਾਣਨ ਲਈ ਵੀ ਕੁੜੀ ਇੱਕ ਮੁੰਡਾ ਹੈ, ਜੇ ਉਹ ਕਰਦਾ ਤਾਂ ਉਹਦਾ ਲਾਇਸੈਂਸ ਕੈਂਸਲ ਹੈ ਔਰ ਜੁਰਮਾਨਾ ਲੱਗ ਗਏ। ਇਹ ਨਿੱਕੀ ਜਿਹੀ ਹੁੰਦੀ ਸੀ, ਮੈਨੂੰ ਯਾਦ ਹੈ ਪਹਿਲਾ ਬਰਥਡੇ ਅਸੀਂ ਮਨਾਇਆ ਸੀ ਸਿਮਰਨ ਦਾ, ਬੜੇ ਧੂਮ ਤਰੀਕੇ ਨਾਲ ਵੀ ਆਪਣੇ ਡੇਰੇ ਦੇ ਇਕੱਠੇ ਹੋ ਗਏ, ਅਤੇ ਤੇਰਾ ਵੀ ਮਨਾਇਆ ਸੀ ਪਹਿਲਾ ਬਰਥਡੇ, ਤੇਰਾ ਧਮਾਣ ਕੀਤਾ ਤੇ ਅਸੀਂ ਕਿ ਇੱਕ ਪਾਰਟੀ ਕਰਨੀ ਹੁੰਦੀ ਹੈ ਵੀ ਕਹਿਣ ਦਾ ਮਤਲਬ ਸੱਦਾ ਦੇਣਾ ਸਾਰਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ, ਅਤੇ ਕਹਿਣ ਦਾ ਮਤਲਬ ਪਾਰਟੀ ਉਹਨੂੰ ਧਮਾਣ ਕਹਿ ਦਿੰਦੇ ਨੇ। ਕੁੜੀ ਦਾ ਨਹੀਂ ਕੀਤਾ, ਕੁੜੀਆਂ ਦਾ ਨਹੀਂ ਕਰਦੇ, ਕੁੜੀਆਂ ਦਾ ਨਹੀਂ ਕਰਦੇ, ਮੇਰੇ ਡੈਡ ਨੇ ਕੀਤਾ ਸੀ ਮੇਰਾ, ਆਈ ਐਮ ਵੈਰੀ ਪ੍ਰਾਊਡ ਆਫ ਦਾ, ਕਾਜ਼ ਮੇਰੇ ਡੈਡ ਨੇ ਮੇਰਾ ਧਮਾਲ ਕੀਤਾ ਸੀ। ਇਹ ਕੀਤਾ ਸੀ ਇਹਦਾ ਧਮਾਲ, ਕਿਉਂਕਿ ਇਹ ਇੰਨਾ ਸਾਲਾਂ ਦਾ ਬੱਚਾ ਹੈ, ਆਫਟਰ 25 ਇਅਰਸ ਹੋਈ ਸੀ ਨਾ ਡੈਡ। ਅੱਛਾ ਮੇਰੀ ਗੱਲ ਸੁਣ ਲੈ, ਜਦੋਂ ਮੇਰੇ ਡੈਡੀ ਨੇ ਮੇਰਾ ਧਮਾਲ ਕੀਤਾ, ਤੇ ਉਸ ਤੋਂ ਬਾਅਦ ਨਾ ਸੰਦੀਪ ਹੋ ਗਈ ਮੇਰੀ ਛੋਟੀ ਸਿਸਟਰ ਹੋ ਗਈ, ਤੇ ਲੋਕੀ ਕਹਿੰਦੇ ਹੋਰ ਕੜ ਕੁੜੀ ਦਾ ਧਮਾਲ ਹੋ ਦਿੱਤੀ ਨਾ ਰੱਬ ਨੇ, ਇੱਕ ਹੋਰ ਕੁੜੀ, ਮੰਮੀ ਮੈਨੂੰ ਦੱਸਦੇ ਨੇ, ਫਿਰ ਲੋਕੀ ਗੱਲਾਂ ਕਰਦੇ ਸੀ, ਇੱਕ ਕੁੜੀ ਦਾ ਧਮਾਲ ਕੀਤਾ ਹੁਣ ਦੂਜੀ ਨੂੰ ਦਿੱਤੀ ਨਾ ਰੱਬ ਨੇ, ਕਰੋ ਹੋਰ ਧਮਾਲ। ਮੰਮੀ ਕਹਿੰਦੀ ਲੋਕਾਂ ਨੇ ਸਾਨੂੰ ਗੱਲਾਂ ਕਰਨੀਆਂ, ਪਰ ਕਹਿੰਦੇ ਤੇਰੇ ਡੈਡੀ ਨੇ ਸੰਦੀਪ 'ਚ ਵੀ ਕੋਈ ਫਰਕ ਨਹੀਂ ਸੀ ਕਰਦੇ ਪਿਆਰ ਕਰਨ 'ਚ, ਉਹਨਾਂ ਹੀ ਤੈਨੂੰ ਪਿਆਰ ਕਰਦੇ ਸੀ, ਉਹਨਾਂ ਹੀ ਸੰਦੀਪ ਨੂੰ ਕਰਦੇ ਸੀ, ਤੇ ਉਹ ਕਹਿੰਦੇ ਸੀ ਜੋ ਵਾਹਿਗੁਰੂ ਨੇ ਮੈਨੂੰ ਦਿੱਤਾ ਮੈਂ ਖੁਸ਼ ਹਾਂ ਵੀ ਮੈਨੂੰ ਇੰਨੇ ਟਾਈਮ ਬਾਅਦ ਬੱਚੇ ਦਿੱਤੇ ਨੇ। ਡੈਡੀ ਨੇ ਫਿਰ ਜਦੋਂ ਤੇਰਾ ਧਮਾਲ ਕੀਤਾ ਸੀ ਨਾ ਡੈਡੀ ਨੂੰ, ਉਦੋਂ ਮੈਂ ਕਿਹਾ ਸੀ ਡੈਡੀ ਨੂੰ, ਕਿਹਾ ਸੀ ਮੈਂ ਡੈਡੀ ਤੁਸੀਂ ਰਹਿਣ ਦਿਓ, ਵੀ ਡੋਂਟ ਨੀਡ ਟੂ ਡੂ ਦੈਟ, ਹੈ ਨਾ, ਕੀ ਲੋੜ ਹੈ ਆਪਾਂ ਨੂੰ ਕਰਨ ਦੀ। ਡੈਡੀ ਕਹਿੰਦੇ ਸੀ ਨਹੀਂ ਮੇਰਾ ਪੋਤਰਾ ਆਇਆ ਮੈਂ ਕਰਨਾ ਕੋਈ ਪਾਰਟੀ, ਇਹਨਾਂ ਦੀ ਵਿਆਹ 'ਤੇ ਫਿਰ ਕੋਈ ਪਾਰਟੀ ਫੰਕਸ਼ਨ ਹੋਣਾ ਤਾਂ ਮੈਂ ਕਰਨਾ ਹੀ ਕਰਨਾ, ਉਹਨਾਂ ਨੂੰ ਧੱਕੇ ਨਾਲ ਕੀਤਾ ਸੀਗਾ, ਸਾਰਿਆਂ ਨੂੰ ਬੁਲਾਇਆ ਸੀ, ਪਰ ਉਹਨਾਂ ਨੂੰ ਸ਼ੌਂਕ ਸੀ, ਪਰ ਉਹ ਫਿਰ ਉਸ ਅਕੋਰਡਿੰਗ ਹੀ ਚੱਲਦੇ ਸਨ ਜਿਸ ਅਕੋਰਡਿੰਗ ਦੁਨੀਆ ਚੱਲਦੀ ਹੈ, ਦੁਨੀਆ ਦੇ ਅਕੋਰਡਿੰਗ ਚੱਲਣਾ ਪੈਂਦਾ ਉੱਥੇ। Okay guys, thank you so much for watching. We hope you enjoy this video with Table Talks with Large Family TV, where we discussed a little bit about how mom and dad had us and how they celebrated us. A little insight. Yeah, Sikandar di yana galla batheriya ni ni yana dusan aliyan. So next video to share karange apa Sikandar di yana videos. I mean Sikandar di yana galla batan kyunki ini yana bahut funny name mujhe daag mein. And we hope you enjoy this video and happy birthday. Yeah, agli video de vich main ਟੇਬਲ ਟਾਕਸ ਦੇ ਵਿੱਚ ਆਪਣੇ ਬੱਚਿਆਂ ਦਾ ਜਿਹੜਾ ਬਚਪਨ ਹੈ ਉਹਦੇ ਬਾਰੇ ਡਿਸਕਸ ਕਰਾਂਗਾ, ਤਾਂ ਆਪਣੇ ਵਿਦ ਪਿਕਚਰਸ ਨਾਲ ਤੁਹਾਨੂੰ ਪਿਕਚਰਸ ਵੀ ਸ਼ੇਅਰ ਕਰਾਂਗਾ, ਤੁਹਾਡੇ ਨਾਲ ਕੁਝ ਪਿਕਚਰਸ ਤੁਹਾਡੇ ਨਾਲ ਸ਼ੇਅਰ ਕਰਾਂਗਾ, ਕਿਉਂਕਿ ਇਹਨਾਂ ਦੀ ਜਿਹੜਾ ਬਚਪਨ ਹੈ ਨਾ ਉਹ ਬੜਾ ਸਵੀਟ ਰਿਹਾ, ਬੜਾ ਵਧੀਆ ਰਿਹਾ, ਬੜੀ ਅੱਛੀ ਯਾਦਾਂ ਨੇ ਸਾਡੀਆਂ ਉਹਦੇ ਨਾਲ ਜੁੜੀਆਂ, ਅਤੇ ਅੱਛਾ ਲੱਗੇਗਾ ਤੁਹਾਡੇ ਨਾਲ ਸ਼ੇਅਰ ਕਰਕੇ।
ਸਿਕੰਦਰ ਦੀਆਂ ਬੜੀ ਫਨੀ ਫਨੀ ਚੀਜ਼ਾਂ ਨੇ ਔਰ ਸਿਮਰਨ ਦੀਆਂ ਵੀ ਬਹੁਤ। ਮੈਂ ਚਾਹੁੰਦਾ ਹਾਂ ਕਿ ਤੁਹਾਡਾ ਸ਼ੇਅਰ ਕਰਾਂ, ਪਰ ਅਗਲੇ ਵੀਡੀਓ ਦੇ ਵਿੱਚ ਤੁਹਾਡਾ ਸ਼ੇਅਰ ਕਰਾਂਗੇ। ਤੇ ਹੋਪ ਤੁਹਾਨੂੰ ਆ ਵੀਡੀਓ ਪਸੰਦ ਆਈ ਹੋਵੇਗੀ। ਥੈਂਕ ਯੂ ਸੋ ਮਚ ਫॉर 12000 ਸਬਸਕ੍ਰਾਈਬਰਸ। ਯਾ ਥੈਂਕ ਯੂ ਸੋ ਮਚ। ਪਲੀਜ਼ ਸਾਨੂੰ ਲਾਈਕ ਕਰ ਦਿਓ, ਆਪਣਾ ਟਾਈਮ ਕੱਢ ਕੇ, ਕਿਉਂਕਿ ਟਾਈਮ ਨਹੀਂ ਹੁੰਦਾ ਅੱਜ ਕੱਲ ਦੇ ਵਿੱਚ ਕਿਸੇ ਕੋਲ ਵੀ ਕਿ ਕੋਈ ਸਾਨੂੰ ਵੇਖੇ ਜਾਂ ਕਰੇ। ਰੀਅਲੀ ਅਪਰੀਸ਼ੀਏਟ ਕਰਦੇ ਹਾਂ ਜਿਹੜਾ ਤੁਸੀਂ 5-10 ਮਿੰਟ 15-20 ਮਿੰਟ 30 ਮਿੰਟ ਕੱਢ ਕੇ ਸਾਨੂੰ ਵਹਿੰਦੇ ਹੋ। ਇਹਦੇ ਲਈ ਹੱਥ ਜੋੜ ਕੇ ਥੈਂਕ ਯੂ ਤੁਹਾਡਾ ਸਾਰਿਆਂ ਦਾ, ਸਾਨੂੰ ਇੰਨਾ ਪਿਆਰ ਕਰਨ ਲਈ। ਸਟੇ ਫ੍ਰੈਸ਼ ਐਂਡ ਪੀਸ।